ਚ ਨਾਲ ਕਮ ਆਉਣ ਵਾਲਿਆਂ ਨੂੰ ਅੱਖਾਂ ਤੇ ਬਿਠਾਉਂਦੇ ਤੇ ਕਮ ਚੋਰਾਂ ਨੂੰ ਨਿੰਦਦੇ ਹਨ ਲੋਕ ਕੁਝ ਅਜੀਹਾ ਹੀ ਬਿਆਨ ਦੀ ਹੈ ਸਾਡੀ ਅੱਜ ਦੀ ਕਹਾਣੀ ਸਟੇਟ ਅਵਾਰਡ ਜਿਸ ਦੇ ਲੇਖਕ ਹਨ ਗੁਰਪਾਲ ਸਿੰਘ ਬਿਲਾਵਲ ਸਰ ਜੀ ਤੁਹਾਨੂੰ ਕੋਈ ਮਿਲਣ ਆਇਆ ਇੱਕ ਬੱਚਾ ਸਟਾਫ ਰੂਮ ਦੇ ਦਰਵਾਜ਼ੇ ਤੋਂ ਮਨਦੀਪ ਨੂੰ ਸੁਨੇਹਾ ਦੇ ਕੇ ਚਲਾ ਗਿਆ ਇੰਦੇ ਵਿੱਚ ਹੀ ਇੱਕ ਬਜ਼ੁਰਗ ਕਮਰੇ ਅੰਦਰ ਦਾਖਲ ਹੁੰਦਾ ਹੈ। ਹਾਂ ਬਾਬਾ, ਮਨਦੀਪ ਨੇ ਪੁੱਛਿਆ। ਪੁੱਤ, ਬੀਐਲਓ ਤੁਸੀਂ ਹੋ? ਹਾਂ ਦੱਸੋ। ਮਨਦੀਪ ਨੇ ਕਹਿ ਤਾਂ ਦਿੱਤਾ ਪਰ ਹਰ ਵਾਰ ਦੀ ਤਰ੍ਹਾਂ ਉਸਦੇ ਚਿਹਰੇ ਤੇ ਕਮ ਨੂੰ ਬਿਪਤਾ ਸਮਝਣ ਵਾਲੇ ਨਕਸ਼ ਉੱਭਰ ਆਏ। ਮੈਂ ਜੀ ਵੋਟਰ ਕਾਰਡ ਤੇ ਆਪਦੀ ਉਮਰ ਠੀਕ ਕਰਾਉਣੀ ਹੈ। ਤੇਰੀ ਵੋਟ ਮੇਰੇ ਬੂਝਤੇ ਨਹੀਂ ਹੈਗੀ ਬਾਬਾ ਥੋੜਾ ਬੀਐਲਓ ਹੋਰ ਆ ਵੋਟਰ ਕਾਰਡ ਦੇਖਦੇ ਹੀ ਮਨਦੀਪ ਬੋਲਿਆ ਉਹ ਕੌਣ ਹੈ ਜੀ ਜਿੱਥੇ ਵੋਟ ਪੈਂਦੀ ਹੈ ਉੱਥੇ ਪਤਾ ਕਰ ਬਾਬਾ ਬਾਬਾ ਵਿਚਾਰਾ ਚੁੱਪ ਕਰਕੇ ਮੁੜ ਗਿਆ ਮਨਦੀਪ ਦੇ ਕੋਲ ਬੈਠੇ ਜਸਵੰਤ ਨੇ ਕਿਹਾ ਉਹ ਵਿਚਾਰਾ ਧੁੱਪ ਚ ਕਿੱਥੇ ਤੁਰਿਆ ਫਿਰੂ ਤੂੰ ਬੀਐਲਓ ਐਪ ਤੇ ਉਹਦਾ ਐਪਿਕ ਨੰਬਰ ਭਰ ਕੇ ਬੂਥ ਸਰਚ ਕਰ ਲੈਂਦਾ ਉਹਦੇ ਬੂਥ ਤੋਂ ਉਹਦੇ ਬੀਐਲਓ ਦਾ ਪਤਾ ਲੱਗ ਜਾਂਦਾ ਤੇ ਵਿਚਾਰੇ ਨੂੰ ਦੱਸ ਦਿੰਦਾ ਇਹੋ ਜਿਹਾ ਈ ਭੋਲੇ ਬੰਦੇ ਨੂੰ ਰਾਹ ਦਿਖਾਉਣਾ ਹੁੰਦਾ ਨਾ ਕਿ ਹੋਰ ਵਿਪਤਾ ਚ ਪਾਉਣਾ ਹੁੰਦਾ ਉਹ ਤੇਰੇ ਕੋਲ ਆਸ ਕਰਕੇ ਆਇਆ ਸੀ ਤੇ ਮੰਜ਼ਿਲ ਤੇ ਪਹੁੰਚੇ ਨੂੰ ਪਟਕਿਆ ਰਾਹੀ ਬਣਾ ਕੇ ਮੋੜਦਾ ਤੈਨੂੰ ਨਹੀਂ ਪਤਾ ਯਾਰ ਜੇ ਲੋਕਾਂ ਨੂੰ ਉਂਗਲ ਫੜਾ ਦਈਏ ਤਾਂ ਬਾਹ ਫੜਨ ਤੱਕ ਆ ਜਾਂਦੇ ਨੇ ਇਨੇ ਮੁੜ ਕੇ ਖੜੇ ਪੈ ਜਾਣਾ ਜਦੋਂ ਆਪਣਾ ਕੰਮ ਹੀ ਨਹੀਂ ਆਪਾਂ ਉਹੀ ਕਹੀ ਜਾਈਏ ਵੀ ਆ ਬੈਲ ਮੁਝੇ ਮਾਰ ਮਨਦੀਪ ਨੇ ਆਪਣੇ ਸੁਭਾਅ ਅਨੁਸਾਰ ਆਖਿਆ ਮਨਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਦਾ ਅਧਿਆਪਕ ਹੈ ਉਸ ਨੂੰ ਇਸ ਨੌਕਰੀ ਵਿੱਚ ਆਏ ਨੂੰ 15 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਉਹ ਪੂਰੀ ਤਰ੍ਹਾਂ ਪ੍ਰੈਕਟੀਕਲ ਜ਼ਿੰਦਗੀ ਜੀਉਂਦਾ ਹੈ ਜਿਸ ਕੰਮ ਵਿੱਚ ਕੋਈ ਫਾਇਦਾ ਹੋਵੇ ਉਹੀ ਕਰਦਾ ਹੈ ਕਈ ਕਮ ਜਿਵੇਂ ਮਨੁੱਖ ਆਪਣੀ ਰੂਹ ਨੂੰ ਸਕੂਨ ਦੇਣ ਲਈ ਕਰਦਾ ਹੁੰਦਾ ਹੈ ਅਜਿਹੀ ਕੰਮਾਂ ਨਾਲ ਮੰਦੀਪ ਦੀ ਕੋਈ ਦੂਰ ਦੀ ਰਿਸ਼ਤੇਦਾਰੀ ਵੀ ਨਹੀਂ ਉਹ ਸਿਰਫ ਪੈਸੇ ਦੀ ਗੱਲ ਕਰਦਾ ਹੈ ਜਿੱਥੇ ਨਫਾ ਨਾ ਹੋਵੇ ਉਹਨੂੰ ਮੰਦੀਪ ਦਫਾ ਕਰੋ ਕਹਿ ਦਿੰਦਾ ਹੈ ਸਰਕਾਰੀ ਨੌਕਰੀ ਤੋਂ ਬਿਨਾ ਉਸ ਦਾ ਸਾਈਡ ਬਿਜ਼ਨਸ ਵੀ ਹੈ ਜੋ ਉਹਦੀ ਪਤਨੀ ਦੇ ਨਾਂ ਤੇ ਹੈ ਉਨੇ ਕਈ ਸਾਲ ਪਹਿਲਾਂ ਬਾਜ਼ਾਰ ਵਿੱਚ ਐਮ ਕੇ ਪਲਾਈਵੁੱਡ ਐਂਡ ਗਲਾਸ ਦਾ ਕੰਮ ਸ਼ੁਰੂ ਕੀਤਾ ਸੀ ਜੋ ਹੁਣ ਸੈਨੀਟੇਸ਼ਨ ਦੇ ਸਾਰੇ ਕੰਮ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਵੱਡਾ ਸ਼ੋਰੂਮ ਬਣ ਗਿਆ ਹੈ ਉਹਨੂੰ ਆਉਣ ਵਾਲੇ 10 ਚੋਂ 9 ਫੋਨ ਉਹਦੀ ਦੁਕਾਨਦਾਰੀ ਨਾਲ ਸੰਬੰਧਿਤ ਹੀ ਹੁੰਦੇ ਨੇ ਨੌਕਰੀ ਨਾਲੋਂ ਚੌਗਣੀ ਕਮਾਈ ਉਹਨੂੰ ਦੁਕਾਨ 'ਚ ਹੁੰਦੀ ਹੈ ਕੋਈ ਮਿਲਾ ਕੇ ਉਸਾ ਸ਼ੋਰੂਮ ਉਸ ਜ਼ਮੀਨ ਕੀਤਾ ਹੈ ਤੇ ਅਧਿਆਪਨ ਸਾਈਡ ਬਿਜ਼ਨਸ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜਸਵੰਤ ਦੇ ਮੋਬਾਈਲ ਫੋਨ ਦੀ ਰਿੰਗਟੋਨ ਵੱਜਦੀ ਹੈ ਉਹ ਫੋਨ ਉਠਾ ਕੇ ਹਾਂਜੀ ਆਖਦਾ ਸਤਿ ਸ੍ਰੀ ਅਕਾਲ ਸਰ ਜੀ ਜਸਪ੍ਰੀਤ ਮੈਡੀਟਰੀ ਸਕੂਲ ਚ ਲੱਗਣ ਨੂੰ ਕਹਿੰਦੀ ਆ ਜੀ ਇਹ ਕੀ ਹੁੰਦਾ ਇਹ ਸਰਕਾਰ ਨੇ ਅਲੱਗ ਸਕੂਲ ਖੋਲੇ ਨੇ ਇਨ੍ਹਾਂ ਵਿੱਚ ਬੱਚੇ ਦੀ ਕੋਈ ਫੀਸ ਨਹੀਂ ਲੱਗਦੀ ਰਹਿਣਾ ਖਾਣਾ ਸਭ ਕੁਝ ਮੁਫਤ ਹੁੰਦਾ ਹੈ 8ਵੀਂ ਤੋਂ ਬਾਅਦ ਬੱਚਾ 9ਵੀਂ ਵਿੱਚ ਜਾਂ 10ਵੀਂ ਤੋਂ ਬਾਅਦ +1 ਵਿੱਚ ਦਾਖਲਾ ਲੈ ਸਕਦਾ ਪਰ ਦਾਖਲਾ ਉਹਨੂੰ ਹੀ ਮਿਲਦਾ ਜੀਨੇ ਦਾਖਲੇ ਵਾਸਤੇ ਟੈਸਟ ਪਾਸ ਕੀਤਾ ਹੋਵੇ ਜਸਪ੍ਰੀਤ ਨੇ ਤਾਂ ਟੈਸਟ ਦਿੱਤਾ ਹੀ ਨਹੀਂ ਇਹਨੂੰ ਦਾਖਲਾ ਨਹੀਂ ਮਿਲਣਾ ਹੁਣ 10ਵੀਂ ਤੋਂ ਬਾਅਦ ਟੈਸਟ ਦਿਵਾ ਦੇਵਾਂਗੇ ਜੇ ਪਾਸ ਕਰ ਗਈ ਤਾਂ ਪਲੱਸ 1 ਵਿੱਚ ਦਾਖਲਾ ਮਿਲ ਜੂ ਆਪਣੇ ਸੁਭਾਅ ਅਨੁਸਾਰ ਜਸਵੰਤ ਨੇ ਘਟ ਅਤੇ ਸਮਝ ਆਉਣ ਵਾਲੇ ਸ਼ਬਦਾਂ ਵਿੱਚ ਬੱਚੇ ਦੀ ਮਾਂ ਨੂੰ ਸਮਝਾਉਂਦਿਆਂ ਕਿਹਾ ਇਸ ਸਕੂਲ ਕਿੱਥੇ ਆ ਸਰ ਜੀ ਅੱਗੇ ਹੋਰ ਸਵਾਲ ਹੋਇਆ ਇਹ ਆਪਣੇ ਜ਼ਿਲ੍ਹੇ ਵਿੱਚ ਤਾਂ ਨਹੀਂ ਹੈਗਾ ਸੰਗਰੂਰਾ ਬਠਿੰਡਿਆ ਤੇ ਹੋਰ ਵੀ ਨਹੀਂ ਪਰ ਆਪਾਂ ਨੂੰ ਇਹੀ ਦੋ ਨੇੜੇ ਪੈਂਦੇ ਨੇ ਠੀਕ ਆ ਸਰ ਜੀ ਹੋਰ ਇਹ ਵਧੀਆ ਪੜ੍ਹਦੀ ਆ ਜੀ ਹੋਰ ਸਵਾਲ ਹੋਇਆ ਹਾਂਜੀ ਠੀਕ ਐ ਮੇਰੇ ਸਬਜੈਕਟ ਦਾ ਕੰਮ ਤਾਂ ਵਧੀਆ ਕਰਦੀ ਐ ਬਸ ਲਿਖਾਈ ਨਹੀਂ ਸਾਫ਼ ਕਰਦੀ ਇਹਦੀ ਲਿਖਾਈ ਸੁਧਾਰਨ ਲਈ ਮੈਂ ਲਗਾਤਾਰ ਕੋਸ਼ਿਸ਼ ਕਰ ਰਹੀ ਆਂ ਬਾਕੀ ਠੀਕ ਆ ਠੀਕ ਆ ਸਰ ਜੀ ਧਿਆਨ ਰੱਖਿਆ ਕਰੋ ਜੀ ਕਹਿ ਕੇ ਬੱਚੇ ਦੀ ਮਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਤੇ ਜਸਵੰਤ ਨੇ ਵੀ ਸਤਰੀ ਅਕਾਲ ਬੁਲਾ ਕੇ ਫੋਨ ਕੱਟ ਦਿੱਤਾ ਜਦੋਂ ਉਹਨੇ ਮੈਰੀਟੋਰੀਅਸ ਦਾ ਟੈਸਟ ਦਿੱਤਾ ਹੀ ਨਹੀਂ ਫਿਰ ਇੰਨਾ ਕੁਝ ਦੱਸਣ ਦੀ ਕੀ ਲੋੜ ਸੀ ਮਨਦੀਪ ਨੇ ਚਲਾਕ ਹਾਸਾ ਹੱਸਦੇ ਹੋਏ ਜਸਵੰਤ ਨੂੰ ਪੁੱਛਿਆ ਮੇਰੀ ਆਦਤ ਹੈ ਕਿ ਹਰ ਕਿਸੇ ਦਾ ਫੋਨ ਪੂਰੇ ਠਰਮੇ ਨਾਲ ਸੁਣਦਾ ਤੇ ਜੇ ਕੋਈ ਕੁਝ ਜਾਨਣਾ ਚਾਹੁੰਦਾ ਹੋਵੇ ਤਾਂ ਅਗਲੇ ਦੀ ਤਸੱਲੀ ਕਰਵਾਉਣਾ ਅਗਲਾ ਇਸੇ ਆਸਣਾ ਲਈ ਫੋਨ ਕਰਦਾ ਵੀ ਉਹ ਸਾਰਾ ਕੁਝ ਦੱਸ ਦੇਣਗੇ ਜਸਵੰਤ ਬੋਲਿਆ ਐਵੇਂ ਵੱਧੂ ਮੁਸੀਬਤਾਂ ਗੱਲ ਪਾਈਆਂ ਹੋਈਆਂ ਨੇ ਤਾਂ ਬੱਚਿਆਂ ਨੂੰ ਆਪਦਾ ਨੰਬਰ ਦਿੱਤਾ ਹੀ ਕਿਉਂ ਆ ਇਹਦਾ ਫਾਇਦਾ ਕੀ ਆ ਮੈਂ 8ਵੀਂ ਕਲਾਸ ਦੇ ਮਸਾ ਪੰਜ ਨੂੰ ਬੱਚਿਆਂ ਨੂੰ ਆਪਣਾ ਨੰਬਰ ਦਿੱਤਾ ਉਹ ਵੀ ਤਾਂ ਦਿੱਤਾ ਵੀ ਮੈਂ ਉਹਨਾਂ ਦਾ ਕਲਾਸ ਇੰਚਾਰਜ ਆ ਮੈਨੂੰ ਕਿਸੇ ਵੀ ਬੱਚੇ ਦੇ ਘਰੋਂ ਫੋਨ ਨਹੀਂ ਆਉਂਦਾ ਜੇ ਆ ਵੀ ਜਾਏ ਮੈਂ ਚੱਕਦਾ ਹੀ ਨਹੀਂ ਮਨਦੀਪ ਦੇ ਅੰਦਰਲਾ ਬਿਜ਼ਨਸਮੈਨ ਬੋਲਿਆ ਬੱਚਿਆਂ ਕੋਲ ਅਧਿਆਪਕ ਦਾ ਸੰਪਰਕ ਨੰਬਰ ਤਾਂ ਹੋਣਾ ਹੀ ਚਾਹੀਦਾ ਹੈ ਬੱਚੇ ਨਹੀਂ ਜਾਂ ਉਹਦੇ ਮਾਤਾ ਪਿਤਾ ਨੇ ਕੁਝ ਪੁੱਛਣਾ ਹੋਵੇ ਤਾਂ ਅਧਿਆਪਕ ਤੋਂ ਹੀ ਪੁੱਛਣਗੇ ਸਵਾਲਾਂ ਦੇ ਜਵਾਬ ਦੇਣੀ ਤਾਂ ਅਧਿਆਪਕ ਦਾ ਫਰਜ਼ ਹੁੰਦਾ ਜਸਵੰਤ ਦੇ ਅੰਦਰਲੇ ਅਧਿਆਪਕ ਨੇ ਜਵਾਬ ਦਿੱਤਾ ਚਲ ਸੁਣੀ ਜਾ ਭਰਾਵਾ ਸਭ ਦੇ ਫੋਨ ਮਾਰੀ ਜਾ ਮੱਥਾ ਦੇਖ ਲਾਂਗੇ ਤੈਨੂੰ ਜਦੋਂ ਸਟੇਟ ਅਵਾਰਡ ਮਿਲੂ ਮਨਦੀਪ ਨੇ ਹੱਸ ਕੇ ਮਿਹਣਾ ਮਾਰਿਆ ਮੈਂ ਕਿਹੜਾ ਸਟੇਟ ਅਵਾਰਡ ਵਾਸਤੇ ਫੋਨ ਸੁਣਦਾ ਆਪਾਂ ਤਾਂ ਮਿੱਤਰਾ ਫਰਜ਼ ਨਿਭਾਉਣੇ ਆ ਜਸਵੰਤ ਨੇ ਵੀ ਹੱਸ ਕੇ ਜਵਾਬ ਦਿੱਤਾ ਤੂੰ ਸਾਂਭ ਆਪਦੇ ਫਰਜ਼ ਭਰਾਵਾ ਮੈਨੂੰ ਨਹੀਂ ਲੋੜ ਤੇਰੇ ਵਰਗਾ ਅਧਿਆਪਕ ਬਣਨ ਦੀ ਇਹ ਦੁਨੀਆ ਹੋਰ ਤਰ੍ਹਾਂ ਦੀ ਆ ਇਥੇ ਕਿਹੜਾ ਪੁੱਛਦਾ ਫਰਜ਼ਾਂ ਫੁਰਜ਼ਾਂ ਨੂੰ ਆਪਾਂ ਤਾਂ ਰਾਜਾ ਬਣ ਕੇ ਨੌਕਰੀ ਕਰਦੇ ਆ ਕਿਸੇ ਦੇ ਨੌਕਰ ਥੋੜੀ ਆ ਮਨਦੀਪ ਆਪਣੇ ਪ੍ਰੈਕਟੀਕਲ ਜੀਵਨ ਤੰਗ ਦਾ ਨਿਚੋੜ ਦੱਸ ਕੇ ਕਮਰੇ ਤੋਂ ਬਾਹਰ ਚਲਾ ਗਿਆ ਜਸਵੰਤ ਸਿੰਘ ਗਰੀਬੀ ਚੋਂ ਉੱਠ ਕੇ ਸਖਤ ਮਿਹਨਤ ਕਰਕੇ ਮਾਸਟਰ ਲੱਗਿਆ ਵਿਭਾਗੀ ਕੰਮਾਂ ਪ੍ਰਤੀ ਪੂਰਾ ਜ਼ਿੰਮੇਵਾਰ ਹੈ ਉਹਨੂੰ ਸਕੂਲ ਮੁਖੀ ਜਾਂ ਕੋਈ ਅਧਿਆਪਕ ਕੋਈ ਕੰਮ ਆਖਣ ਤਾਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਆਪਣਾ ਕੋਈ ਵੀ ਪੀਰੀਅਡ ਨਹੀਂ ਛੱਡਦਾ ਵਿਲੇ ਪੀਰੀਅਡ ਵਿੱਚ ਵੀ ਕੋਈ ਨਾ ਕੋਈ ਕੰਮ ਕਰਦਾ ਰਹਿੰਦਾ ਹੈ ਕਦੇ ਵਿਦਿਆਰਥੀਆਂ ਦੇ ਜਮਾਤ ਟੈਸਟ ਲਈ ਪ੍ਰਸ਼ਨ ਪੱਤਰ ਤਿਆਰ ਕਰਨੇ ਕਦੇ ਵਿਆਕਰਨ ਦੇ ਮਹੱਤਵਪੂਰਨ ਪ੍ਰਸ਼ਨ ਤਿਆਰ ਕਰਨੇ ਕਦੇ ਸਹਿ ਵਿਦयक ਮੁਕਾਬਲਿਆਂ ਦੀ ਰੂਪਰੇਖਾ ਤਿਆਰ ਕਰਨੀ ਬੱਚਿਆਂ ਨੂੰ ਭਾਸ਼ਣ ਲਿਖ ਕੇ ਦੇਣੀ ਉਹਨੂੰ ਆਪਣੇ ਰੁਝੇ ਵਿੱਚ ਉਹ ਸਕੂਨ ਮਿਲਦਾ ਉਸ ਨੋ ਵਿਭਾਗੀ ਕੰਮਾਂ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਅਧਿਆਪਕਾਂ ਦੇ ਫੋਨ ਵੀ ਉਹਨੂੰ ਆਉਂਦੇ ਰਹਿੰਦੇ ਨੇ ਉਹ ਸਭ ਦੇ ਫੋਨ ਸੁਣ ਕੇ ਵੀ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਹੀਂ ਹੋਣ ਦਿੰਦਾ ਕਿਸੇ ਕਿਸੇ ਬੱਚੇ ਦਾ ਜਮਾਤ ਇਨਚਾਰਜ ਫੋਨ ਨਾ ਚੁੱਕੇ ਤਾਂ ਦੂਜੀ ਵਾਰ ਘੰਟੀ ਅਧਿਆਪਕ ਜਸਵੰਤ ਸਿੰਘ ਦੇ ਫੋਨ ਦੀ ਹੀ ਵੱਜਦੀ ਹੈ ਕੋਈ ਅਚਨਚੇ ਛੁੱਟੀ ਹੋ ਜਾਵੇ ਤਾਂ ਸਰਜੀ ਅੱਜ ਛੁੱਟੀਆਂ ਜੀ ਪੁੱਛਣ ਵਾਸਤੇ ਜਸਵੰਤ ਸਿੰਘ ਦੇ ਫੋਨ ਤੇ ਕਾਲਾਂ ਇਸ ਤਰ੍ਹਾਂ ਕਤਾਰ ਵਿੱਚ ਲੱਗ ਜਾਂਦੀਆਂ ਨੇ ਜਿਵੇਂ ਕਿਸੇ ਮਸ਼ਹੂਰ ਕੰਪਨੀ ਦਾ ਕਸਟਮਰ ਕੇਅਰ ਨੰਬਰ ਹੋਵੇ ਉਹ ਸਕੂਲ ਦੇ ਕਈ ਕੰਮ ਜਿਵੇਂ ਰਜਿਸਟਰਾਂ ਵਿੱਚ ਵੇਰਵੇ ਦਰਜ ਕਰਨੇ ਆਨਲਾਈਨ ਕੰਮ ਆਦ ਆਪਣੇ ਘਰ ਲੈ ਜਾਂਦਾ ਹੈ ਤੇ ਪੂਰੇ ਕਰ ਲਿਆਉਂਦਾ ਹੈ ਉਹਨੂੰ ਮਨਦੀਪ ਅਕਸਰ ਕਹਿੰਦਾ ਤੂੰ ਤਾਂ ਘਰੇ ਵੀ ਸਕੂਲ ਦੇ ਕੰਮ ਹੀ ਕਰੀ ਜਾਣਾ ਐਨੀ ਟੈਨਸ਼ਨ ਨਹੀਂ ਲਈਦੀ ਹੁੰਦੀ ਮੈਂ ਤਾਂ ਸਕੂਲ ਦੇ ਕੰਮਾਂ ਦੀ ਸਿਰਦਰਦੀ ਨੂੰ ਸਾਰੀ ਛੁੱਟੀ ਵੇਲੇ ਸਕੂਲ ਦੇ ਗੇਟ ਤੇ ਧਰ ਜਾਣਾ ਆਪਾਂ ਕਿਉਂ ਐਵੇਂ ਬੋਝ ਚੱਕੀ ਫਿਰਿਏ ਤੇਰੇ ਵਾਂਗੂ ਮੈਂ ਨਹੀਂ ਕਦੇ ਜਵਾਕਾਂ ਨੂੰ ਟੈਸਟ ਟਸਟ ਪਾਇਆ ਜੀਨੇ ਪੜ੍ਹਨਾ ਆਪੇ ਪੜ੍ਹ ਲੂ ਮੈਨੂੰ ਸਕੂਲ ਦੇ 480 ਬੱਚਿਆਂ ਚੋਂ ਮਸਾ 10 ਜਵਾਕਾਂ ਦੇ ਨਾਂ ਪਤਾ ਹੋਣਗੇ ਐਵੇਂ ਦਿਮਾਗ ਦੇ ਚਿਪ ਚ ਵਾਧੂ ਡਾਟਾ ਰੱਖਣ ਦੀ ਕੀ ਲੋੜ ਐ ਤਨਖਾਹ ਤਾਂ ਮਿਲ ਹੀ ਜਾਣੀ ਐ ਮਨਦੀਪ ਦੀਆਂ ਗੱਲਾਂ ਨੂੰ ਜਸਵੰਤ ਹੱਸ ਕੇ ਟਾਲ ਛੱਡਦਾ ਅਤੇ ਆਪਣੇ ਕੰਮ ਵਿੱਚ ਮਸਤ ਰਹਿੰਦਾ ਸੈਸ਼ਨ ਖਤਮ ਹੋਇਆ ਬੋਰਡ ਦੀਆਂ ਜਮਾਤਾਂ ਦੇ ਇਮਤਿਹਾਨ ਵੀ ਹੋ ਗਏ ਅਪ੍ਰੈਲ ਮਹੀਨੇ ਦਾ ਅੰਤ ਆਇਆ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਇਨਰੋਲਮੈਂਟ ਡਰਾਈਵ ਦੀ ਮੁਹਿੰਮ ਚੱਲੀ ਸਕੂਲ ਮੁਖੀ ਨੇ ਟਾਈਮ ਟੇਬਲ ਚੋਂ ਫ੍ਰੀ ਪੀਰੀਅਡ ਦੇ ਕੇ ਅਧਿਆਪਕਾਂ ਦੀ ਡਿਊਟੀਆਂ ਲਗਾ ਦਿੱਤੀਆਂ ਕਿ ਉਹ ਪਿੰਡ ਦੇ ਲੋਕਾਂ ਨੂੰ ਸਰਕਾਰੀ ਸਕੂਲ ਵਿੱਚ ਮਿਲਦੀਆਂ ਸਹੂਲਤਾਂ ਪ੍ਰਤੀ ਜਾਗਰੂਕ ਕਰਕੇ ਸਰਕਾਰੀ ਸਕੂਲ ਵਿੱਚ ਬੱਚੇ ਦਾਖਲ ਕਰਾਉਣ ਲਈ ਪ੍ਰੇਰਿਤ ਕਰਨਗੇ ਇੱਕ ਦਿਨ ਜਸਵੰਤ ਸਿੰਘ ਸਮੇਤ ਦੋ ਹੋਰ ਅਧਿਆਪਕਾਂ ਦੀ ਡਿਊਟੀ ਵੀ ਲਗਾਈ ਗਈ ਕੋ એનਰੋਲਮੈਂਟ ਡਰਾਈਵ ਤੇ ਜਾਣਗੇ ਜਸਵੰਤ ਸਿੰਘ ਨਵੇਂ ਦਾਖਲਿਆਂ ਵਾਲੀ ਡਾਇਰੀ ਲੈ ਕੇ ਪਿੰਡ ਦੀਆਂ ਗਲੀਆਂ ਵਿੱਚ ਗਿਆ ਉਹਨੇ ਸੱਥ ਵਿੱਚ ਬੈਠੇ ਲੋਕਾਂ ਨੂੰ ਬੜੇ ਵਿਸਥਾਰ ਵਿੱਚ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਅਤੇ ਪ੍ਰਾਪਤੀਆਂ ਬਾਰੇ ਦੱਸਿਆ ਇਸ ਪ੍ਰਚਾਰ ਮੁਹਿੰਮ ਤੇ ਤੁਰਦੇ-ਤੁਰਦੇ ਉਹ ਇੱਕ ਗਲੀ ਦੇ ਨੁੱਕਰ ਤੇ ਬਣੇ ਨਿੱਕੇ ਜਿਹੇ ਮਕਾਨ ਅੱਗੇੋਂ ਲੰਘ ਰਹੇ ਸੀ ਇਸ ਮਕਾਨ ਦਾ ਇੱਕ ਕਮਰਾ ਐਨ ਗਲੀ ਤੇ ਸੀ ਅੰਦਰ ਗੱਲਾਂ ਕਰਦੇ ਬੱਚੇ ਖਿੜਕੀ ਰਾਹੀਂ ਬਾਹਰ ਸੁਣਾਈ ਦਿੱਤੇ ਮਾਸਟਰ ਜਸਵੰਤ ਸਿੰਘ ਨੇ ਆਵਾਜ਼ ਪਛਾਣ ਲਈ ਕਿ ਇਹ ਤਾਂ ਜੋਤੀ ਦਾ ਘਰ ਹੈ ਜੋਤੀ ਨੇ ਇਸ ਵਾਰ 8ਵੀਂ ਦੇ ਪੇਪਰ ਦਿੱਤੇ ਸੀ ਨਤੀਜਾ ਹਾਲੇ ਆਉਣਾ ਸੀ ਉਸਨੇ ਸੁਣਿਆ ਕਿ ਜੋਤੀ ਕਹਿ ਰਹੀ ਸੀ ਮੈਂ ਮਨਦੀਪ ਸਰ ਨੂੰ ਫੋਨ ਕਰਕੇ ਪੁੱਛਦੀ ਆਂ ਕੀ ਰਿਜ਼ਲਟ ਕੋ ਦਊ ਆਉ ਮੰਦੀਪ ਸਰ ਨਹੀਂ ਫੋਨ ਚੁੱਕਦੇ ਹੁੰਦੇ ਤੂੰ ਜਸਵੰਤ ਸਰਾ ਨੂੰ ਫੋਨ ਲਾ ਉਹ ਉਹਦੇ ਹੀ ਫੋਨ ਚੱਕ ਲੈਂਦੇ ਆ ਜੋਤੀ ਦੀ ਵੱਡੀ ਭੈਣ ਨੇ ਆਪਣੇ ਪਹਿਲਾਂ ਦੇ ਅਨੁਭਵ ਦੇ ਆਧਾਰ ਤੇ ਕਿਹਾ ਜੋਤੀ ਦੀ ਭੈਣ ਦੀ ਗੱਲ ਸੁਣ ਕੇ ਜਸਵੰਤ ਸਿੰਘ ਨੇ ਮਾਣ ਮਹਿਸੂਸ ਕੀਤਾ ਉਸ ਨੂੰ ਲੱਗਿਆ ਕਿ ਉਸ ਦੇ ਪਿੱਠ ਪਿੱਛੇ ਘਰਾਂ ਵਿੱਚ ਉਸ ਬਾਰੇ ਹੁੰਦੀ ਗੱਲ ਉਸ ਲਈ ਫਖਰ ਵਾਲੀ ਗੱਲ ਹੈ ਉਸ ਨੂੰ ਮਨਦੀਪ ਦੇ ਬੋਲ ਛੇਤੇ ਆਏ ਦੇਖ ਲਾਂਗੇ ਤੈਨੂੰ ਜਦੋਂ ਸਟੇਟ ਅਵਾਰਡ ਮਿਲੂ ਹੁਣ ਜਸਵੰਤ ਸਿੰਘ ਨੇ ਮਹਿਸੂਸ ਕੀਤਾ ਕਿ ਜਦੋਂ ਲੋਕ ਤੁਹਾਡੀ ਪਿੱਠ ਪਿੱਛੇ ਤੁਹਾਡੇ ਬਾਰੇ ਚੰਗਾ ਕਹਿਣ ਤਾਂ ਸਟੇਟ ਅਵਾਰਡ ਤੋਂ ਵੀ ਵੱਡਾ ਸਨਮਾਨ ਦੇ ਦਿੰਦੇ ਹਨ ਇਹ ਸੋਚਦਾ ਹੋਇਆ ਜਸਵੰਤ ਸਿੰਘ ਮਾਨ ਨਾਲ ਮੁਸਕਰਾਇਆ ਅਤੇ ਹੋਰ ਜ਼ਿਆਦਾ ਉਤਸ਼ਾਹ ਨਾਲ ਦਾਖਲਾ ਮਹਿਮਲੀ ਅਗਲੇ ਕਮਰਾਂ ਵੱਲ ਤੁਰ ਪਿਆ